ਪਿਆਰੇ ਦਰਸ਼ਕੋ, ਸਮੇਂ ਸਮੇਂ ਤੁਹਾਨੂੰ ਅਸੀਂ ਅਹਿਮ ਸ਼ਖਸੀਅਤਾਂ ਦੇ ਰੂਬਰੂ ਕਰਦੇ ਹਾਂ ਅਤੇ ਅੱਜ ਇਸੇ ਸਿਲਸਿਲੇ ਨੂੰ ਅੱਗੇ ਵਧਾ ਰਹੇ ਹਾਂ। ਅੱਜ ਸਾਡੇ ਨਾਲ ਸਾਡੇ ਸਟੂਡੀਓ ਵਿੱਚ ਆਏ ਨੇ ਸੁਖਜਿੰਦਰ ਸਿੰਘ ਜੀ ਰੰਧਾਵਾ, ਜਿਹੜੇ ਕਿ ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹਾਂ ਬਾਰੇ ਮੰਤਰਾਲੇ ਦੇ ਮੁਖੀ ਨੇ ਔਰ ਆਪਣੇ ਖੇਤਰ ਵਿੱਚ ਬਹੁਤ ਹੀ ਪ੍ਰਤੀਬੱਧਤਾ ਨਾਲ ਕੰਮ ਕਰ ਰਹੇ ਆ, ਸਹਿਕਾਰਤਾ ਦੇ ਖੇਤਰ ਵਿੱਚ ਵੀ ਅਤੇ ਜੇਲ੍ਹਾਂ ਦੇ ਵਿੱਚ ਸੁਧਾਰ ਲਿਆਉਣ 'ਚ ਵੀ ਉਹਨਾਂ ਨੇ ਪਿਛਲੇ ਦਿਨੀ ਬਹੁਤ ਸਾਰੇ ਕਦਮ ਚੁੱਕੇ ਆ। ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਕਿ ਉਹਨਾਂ ਨੇ ਦੋਨਾਂ ਜਿਹੜੇ ਮੰਤਰਾਲਿਆਂ ਵਿੱਚ ਕੀ ਅਹਿਮ ਜਿਹੜੇ ਆ ਕਦਮ ਚੁੱਕੇ ਆ ਅਤੇ ਆਉਣ ਵਾਲੇ ਦਿਨਾਂ 'ਚ ਉਹ ਕੀ ਕਰਨ ਜਾ ਰਹੇ ਆ। ਰੰਧਾਵਾ ਜੀ, ਅਜੀਤ ਦੇ ਸਟੂਡੀਓ ਵਿੱਚ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਇਹ ਸਭ ਤੋਂ ਪਹਿਲਾਂ ਰੰਧਾਵਾ ਜੀ, ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਕਿ ਪੰਜਾਬ ਦੀਆਂ ਜਿਹੜੀਆਂ ਜੇਲ੍ਹਾਂ ਆ ਉਹ ਲਗਾਤਾਰ ਖਬਰਾਂ 'ਚ ਰਹਿੰਦੀਆਂ ਵੱਖ ਵੱਖ ਕਾਰਨਾਂ ਕਰਕੇ, ਅਤੇ ਇੱਕ ਜਿਹੜੀ ਚੀਜ਼ ਆ ਉਹ ਬੜੀ ਉੱਭਰਵੇਂ ਰੂਪ 'ਚ ਸਾਹਮਣੇ ਆ ਰਹੀ ਆ। ਉਂਝ ਤਾਂ ਸਾਰੇ ਪੰਜਾਬ 'ਚ ਹੀ ਬੜਾ ਨਸ਼ਿਆਂ ਦਾ ਬੋਲਬਾਲਾ ਹੋ ਗਿਆ, ਬੜੀ ਦੁਖਦਾਈ ਗੱਲ ਹੈ ਸਾਡੇ ਲਈ, ਪਰ ਜੇਲ੍ਹਾਂ ਵੀ ਇਹ ਤੋਂ ਨਹੀਂ ਬਚੀਆਂ। ਜੇਲ੍ਹਾਂ ਵਿੱਚੋਂ ਵੀ ਨਸ਼ੇ ਮਿਲਦੇ ਆ ਔਰ ਮੋਬਾਈਲ ਫੋਨ ਵੀ ਮਿਲਦੇ ਆ, ਅਤੇ ਉਹਦੇ 'ਚ ਤੁਹਾਡੀ ਇਹ ਬੜੀ ਵੱਡੀ ਜ਼ਿੰਮੇਵਾਰੀ ਬਣੀ ਹੋਈ ਹੈ। ਜੇਲ੍ਹਾਂ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਹੁੰਦੀਆਂ ਜਾਂ ਨਸ਼ਿਆਂ ਦੀ ਤਸਕਰੀ ਜੇਲ੍ਹਾਂ ਤੱਕ ਹੁੰਦੀ ਹੈ, ਇਹਨੂੰ ਰੋਕਣ ਲਈ ਤੁਸੀਂ ਜਿਹੜੇ ਕੀ ਕਦਮ ਚੁੱਕ ਰਹੇ ਹੋ? ਵਾਕਿਆ ਮਾਨਕ ਜੀ, ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਕਿ ਜੇਲ੍ਹ ਡਿਪਾਰਟਮੈਂਟ ਇੱਕ ਬੜਾ ਚੈਲੇਂਜਿੰਗ ਡਿਪਾਰਟਮੈਂਟ ਆ ਔਰ ਪੰਜਾਬ ਦੇ ਵਿੱਚ ਜੇਲ੍ਹ ਡਿਪਾਰਟਮੈਂਟ ਨੂੰ ਬੜਾ ਅਹਿਮ ਡਿਪਾਰਟਮੈਂਟ ਸਮਝਿਆ ਜਾਂਦਾ। ਹਾਂਜੀ, ਕੈਪਟਨ ਸਾਹਿਬ ਨੇ 3.5 ਮਹੀਨੇ ਹੋ ਗਿਆ ਮੇਰੇ ਕੋਲ ਡਿਪਾਰਟਮੈਂਟ ਆਇਆ, ਜਦੋਂ ਜਿਸ ਵੇਲੇ ਮੇਰੇ ਕੋਲ ਡਿਪਾਰਟਮੈਂਟ ਆਇਆ ਅਤੇ ਵਾਕਿਆ ਮੈਂ ਦੇਖਿਆ ਕਿ ਇਹਦੇ 'ਚ ਬੜੇ ਡਰਾਸਟਿਕ ਸਟੈਪਸ ਚੁੱਕਣ ਵਾਲੇ ਨੇ। ਠੀਕ ਹੈ, ਮੇਰੇ ਕੋਲ, ਮੈਂ ਇਹਦੇ ਚੀਜ਼ ਤੋਂ ਬਿਲਕੁਲ ਡਿਨਾਈ ਨਹੀਂ ਕਰਦਾ ਕਿ ਜਿਹੜੀ ਪਬਲਿਕ ਨੂੰ ਪਤਾ ਕਿ ਕੀ ਚੀਜ਼ਾਂ ਹੋ ਰਹੀਆਂ ਨੇ, ਅਤੇ ਜੇ ਕੋਈ ਮਿਨਿਸਟਰ ਇਹ ਕਹੇ ਕਿ ਮੇਰੇ ਡਿਪਾਰਟਮੈਂਟ 'ਚ ਨਹੀਂ ਹੁੰਦੀਆਂ ਤਾਂ ਮੈਂ ਕਹਿੰਦਾ ਕਿ ਉਹ ਗਲਤ ਆ, ਕਿ ਅਸੀਂ ਪਬਲਿਕ ਡੋਮੇਨ 'ਚ ਜਾਣ ਲਈ ਬੜੀ ਟਰਾਂਸਪੇਰੈਂਸੀ ਚਾਹੀਦੀ ਆ, ਕਿਉਂਕਿ ਪਬਲਿਕ ਦਾ ਅਸੀਂ ਬਾਅਦ 'ਚ ਹੈਲਪ ਲੈਣੀ ਹੁੰਦੀ ਹੈ ਕਿ ਮੈਂ ਇੱਥੇ ਗਲਤ ਹਾਂ, ਮੈਂ ਇੱਥੇ ਠੀਕ ਹਾਂ, ਆਓ ਮੇਰੇ ਨਾਲ ਰਲ ਕੇ ਸਾਰੇ ਇਸ ਜਿਹੜੇ ਗਲਤ ਪਾਸੇ ਚੱਲਿਆਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਏ। ਜੇਲ੍ਹ ਡਿਪਾਰਟਮੈਂਟ 'ਚ ਮੋਬਾਈਲ ਵੀ ਬਹੁਤ ਕਾਫੀ ਜ਼ਿਆਦਾ ਮੈਂ ਫੜੇ ਨੇ, ਕੇਸ ਵੀ ਚੱਲੇ ਨੇ, ਸਾਰਾ ਕੁਝ ਕੀਤਾ, ਨਸ਼ਿਆਂ ਦਾ ਵੀ ਅੰਦਰ ਤੁਸੀਂ ਦੇਖਦੇ ਹੋ ਟਾਈਮ ਟੂ ਟਾਈਮ ਅੰਦਰ ਨਸ਼ੇ ਜਿਹੜੇ ਨੇ ਸਮਗਲ ਹੁੰਦੇ ਰਹੇ ਨੇ। ਉਹਦੇ 'ਚ ਸਭ ਤੋਂ ਜ਼ਿਆਦਾ ਪਹਿਲਾਂ ਮੈਂ ਇਹ ਕੀਤਾ ਕਿ ਮੇਰੇ ਆਪਣੇ ਡਿਪਾਰਟਮੈਂਟ ਦਾ ਸਿਰਫ ਸੁਪਰਡੈਂਟ ਜੇਲ੍ਹ ਜਿਹੜਾ ਉਹਦੇ ਕੋਲ ਇੱਕ ਮੋਬਾਈਲ ਹੋਏਗਾ, ਬਾਕੀ ਕਿਸੇ ਮੁਲਾਜ਼ਮ ਕੋਲ ਕੋਈ ਮੋਬਾਈਲ ਨਹੀਂ ਅੰਦਰ ਲੈ ਕੇ ਜਾਏਗਾ, ਕੋਈ ਨਾ ਕੋਈ ਗੱਲ ਨਹੀਂ ਕਰੇਗਾ। ਅੰਦਰ ਮੈਂ ਕੀਤਾ ਕਿ ਉਹਨਾਂ ਦੇ ਕੈਦੀਆਂ ਦੀ ਸਹੂਲਤ ਲਈ ਲੈਂਡਲਾਈਨ ਲਵਾ ਦਿੱਤੀ ਆ ਔਰ ਉਹ ਬੜਾ ਵਧੀਆ ਰਿਜ਼ਲਟ ਸਾਨੂੰ ਮਿਲੇ ਨੇ, ਕਿਉਂਕਿ ਕਾਫੀ ਲਾਈਨਾਂ ਲੱਗਣ ਲੱਗ ਪਈਆਂ। ਉਹਦੇ 'ਚ ਮੈਂ ਹੁਣ ਸੋਚ ਰਿਹਾ ਕਿ ਇਹਨਾਂ ਨੂੰ ਟਾਈਮ ਜਿਹੜਾ ਵਧਾਇਆ ਜਾਏ, 5 ਮਿੰਟ ਦੀ ਬਜਾਏ 10 ਮਿੰਟ ਕਰ ਦਿੱਤੇ ਜਾਣ ਕਿ ਆਪਣੀ ਫੈਮਿਲੀ ਦੇ ਨਾਲ ਗੱਲ ਕਰ ਸਕਣ, ਕੋਈ ਦੁੱਖ ਸੁੱਖ ਵੀ ਉਹਨਾਂ ਕਰਨਾ ਹੁੰਦਾ, 5 ਮਿੰਟ ਬਹੁਤ ਥੋੜ੍ਹਾ ਟਾਈਮ ਹੈ। ਅਤੇ ਨਾਲ ਹੀ ਮੈਂ ਅੰਦਰ ਲੈਂਡਲਾਈਨ ਜਿਹੜੀਆਂ ਨੇ ਉਹ ਮੈਂ ਵਧਾ ਦੇਣ ਲੱਗਾ। ਮੈਂ ਤਾਂ ਇਹ ਕਰਨ ਲੱਗਾ ਕਿ ਇੱਕ ਥਾਂ ਲਾਉਣ ਦੀ ਬਜਾਏ ਹਰ ਬੈਰਿਕ ਦੇ ਬਾਹਰ ਲੈਂਡਲਾਈਨ ਜਿਹੜੀ ਹੈ ਇਹਨਾਂ ਨੂੰ ਲਾ ਦਿੱਤੀ ਜਾਵੇ, ਤਾਂ ਕਿ ਇਹਨਾਂ ਨੂੰ ਲਾਈਨਾਂ 'ਚ ਖੜ੍ਹਾ ਨਾ ਹੋਣਾ ਪਏ, ਉੱਥੇ ਜਾ ਕੇ ਇਹ ਗੱਲ ਕਰ ਸਕਣ। ਜਿਹੜੀ ਨਸ਼ਿਆਂ ਦੀ ਗੱਲ ਹੈ ਉਹਦੇ ਲਈ ਮੈਂ ਪੰਜਾਬ ਗਵਰਨਮੈਂਟ ਨੂੰ ਰਿਕੁਐਸਟ ਕੀਤੀ, CM ਸਾਹਿਬ ਨਾਲ ਸਾਡੀ ਪਿੱਛੇ ਮੀਟਿੰਗ ਹੋਈ ਆ, ਕਿ ਜਿਵੇਂ ਏਅਰਪੋਰਟ ਦੇ ਉੱਤੇ ਬੋਡੀ ਸਕੈਨਰ ਹੁੰਦਾ ਕਿ ਤੁਸੀਂ ਵਿੱਚੋਂ ਨਿਕਲੋ ਤੁਹਾਡੇ ਸਾਰਾ ਕੁਛ ਆ ਜਾਏਗਾ, ਉਹ ਸਾਨੂੰ ਅਪਰੂਵਲ ਮਿਲ ਗਈ ਆ, ਪੈਸਾ ਮਿਲ ਗਿਆ, ਟੈਂਡਰ ਮੈਂ ਫਲੋਟ ਕਰ ਦਿੱਤੇ ਨੇ। ਉਹ ਅਸੀਂ ਪਹਿਲਾਂ ਜੇਲ੍ਹਾਂ 'ਚ ਵਿੱਚ ਬੋਡੀ ਸਕੈਨਰ ਜਿਹੜੇ ਨੇ ਉਹ ਲਾ ਕੇ ਮੇਰੇ ਖਿਆਲ ਬਹੁਤ ਹੱਦ ਤੱਕ ਅਸੀਂ ਇਹਨਾਂ ਚੀਜ਼ਾਂ ਨੂੰ ਠੱਲ ਪਾ ਲਾਂਗੇ। ਨਾਲ ਹੀ ਜਿਹੜੇ ਸਨੈਫਰ ਡੋਗ ਨੇ ਕਿ ਜਿਹੜੇ ਦੇਖਣਗੇ ਉਹ ਹਰ ਜੇਲ੍ਹ 'ਚ ਮੈਂ ਟ੍ਰੇਨਿੰਗ ਦੇ ਕੇ ਉਹ ਅਸੀਂ ਪ੍ਰੋਵਾਈਡ ਕਰਵਾ ਦਿੱਤੇ ਨੇ, ਕਿਉਂਕਿ ਕਈ ਜਿਹੜੇ ਡੋਗਸ ਨੇ ਉਹਨਾਂ ਨੇ ਸਿਰਫ ਸਿਮ ਦੇ ਉੱਤੇ ਹੁੰਦਾ ਕਿ ਉਹ ਜਦੋਂ ਦੇਖਣਗੇ ਸਮੈਲ ਕਰਨਗੇ, ਜਿੱਥੇ ਸਿਮ ਕਾਰਡ ਹੋਏਗਾ ਉੱਥੋਂ ਡਿਟੈਕਟ ਹੋ ਜਾਏਗਾ। ਠੀਕ ਹੈ, ਨਾਲ ਦੀ ਨਾਲ ਹੀ ਅਸੀਂ ਜਿਹੜੇ ਸਿਮ ਡਿਟੈਕਟਰ ਨੇ ਉਹਨਾਂ ਦੀ ਵੀ ਅਪਰੂਵਲ ਮਿਲ ਗਈ ਹੈ। ਠੀਕ ਹੈ, ਜੈਮਰ ਜਿਹੜੇ ਨੇ ਉਹਨਾਂ ਦੇ ਵੀ ਸਾਨੂੰ ਅਪਰੂਵਲ ਮਿਲ ਗਈ ਹੈ। ਬਠਿੰਡਾ ਜੇਲ੍ਹ ਦੇ ਲਈ ਜਿਹੜੀਆਂ ਬੈਰਿਕਸ ਬਣਨੀਆਂ ਨੇ, ਜਿਹੜੇ ਹਾਰਡ ਕੋਰ ਨੇ ਜਿਹਨਾਂ ਨੂੰ ਆਪਾਂ ਗੈਂਗਸਟਰ ਕਹਿ ਦਿੰਦੇ ਹਾਂ ਏ ਕੈਟਾਗਰੀ ਦੇ, ਉਹਨਾਂ ਲਈ 5 ਕਰੋੜ ਰੁਪਈਆ ਸਾਨੂੰ ਉਹ ਵੀ ਮਿਲ ਗਿਆ। ਵੇਖੋ, ਇਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਅਦਾਲਤ ਨੇ ਸਜ਼ਾ ਦੇ ਤੌਰ 'ਤੇ ਭੇਜੇ ਨੇ, ਇਹ ਜੇਲ੍ਹ ਇਜ਼ ਫੋਰ ਪਨਿਸ਼ਮੈਂਟ ਨੋਟ ਇੰਜੋਇਮੈਂਟ, ਇਹ ਆਪਣੇ ਦਿਮਾਗ 'ਚ ਰੱਖ ਕੇ ਚੱਲਣਾ। ਉਹਦੇ 'ਚ ਜਿੱਥੇ ਪਨਿਸ਼ਮੈਂਟ ਹੈ ਇੰਜੋਇਮੈਂਟ ਨਹੀਂ, ਪਰ ਉੱਥੇ ਨਾਲ ਮੇਰਾ ਇਹ ਵੀ ਹੈ ਕਿ ਇਹਨਾਂ ਨੂੰ ਇਹੋ ਜਿਹਾ ਵੀ ਨਾ ਹੋਏ
ਕਿ ਫੀਲ ਨਾ ਹੋਏ ਕਿ ਮੈਂ ਜੇ ਕ੍ਰਾਈਮ ਕਰਕੇ ਆ ਗਿਆ, ਜੇ ਮੈਂ ਗਲਤੀ ਨਾ ਕਰ ਲਿਆ, ਜਾਂ ਮੇਰੇ ਕੋਲ ਕਈ ਵਾਰ ਇਹੋ ਜਿਹੇ ਸਰਕਮਸਟੈਂਸਿਸ ਬਣ ਜਾਂਦੇ ਕਿ ਬੰਦੇ ਨੂੰ ਉਹ ਕਰਨਾ ਹੀ ਪੈਂਦਾ, ਉਹਨਾਂ ਬੰਦਿਆਂ ਨੂੰ ਸੁਧਾਰ ਕਰਨ ਲਈ ਇਹਦੇ 'ਚ ਸਾਨੂੰ ਬੜੇ ਡਰਾਸਟਿਕ ਸਟੈਪਸ ਚੁੱਕਣੇ ਪੈਣੇ ਆ, ਔਰ ਪਬਲਿਕ ਨੂੰ ਵੀ ਸਾਡਾ ਇਹਦੇ 'ਚ ਸਾਥ ਦੇਣਾ ਪੈਣਾ। ਮੈਂ ਅਗਲਾ ਸਵਾਲ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਇੱਕ ਤਾਂ ਜੇਲ੍ਹਾਂ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਹੈ, ਦੂਜੀ ਸਮੱਸਿਆ ਇਹ ਹੈ ਕਿ ਬਹੁਤ ਸਾਰੇ ਖਤਰਨਾਕ ਗੈਂਗਸਟਰ ਜਿਹੜੇ ਵੱਖ ਵੱਖ ਜੇਲ੍ਹਾਂ 'ਚ ਨਜ਼ਰਬੰਦ ਹੈਗੇ ਆ ਵੱਖ ਵੱਖ ਕੇਸਾਂ ਦੀ, ਅਤੇ ਕਈ ਵੱਡੇ ਤਸਕਰ ਵੀ ਜੇਲ੍ਹਾਂ ਵਿੱਚ ਹੈਗੇ ਆ, ਉਹ ਬਹੁਤ ਸਾਰੀਆਂ ਖਬਰਾਂ ਇਸ ਤਰ੍ਹਾਂ ਦੀਆਂ ਸਾਹਮਣੇ ਆਉਣੀਆਂ ਕਿ ਉਹ ਜੇਲ੍ਹਾਂ ਵਿੱਚ ਬੈਠ ਕੇ ਵੀ ਆਪਣੇ ਗਰੋਹ ਵੀ ਚਲਾਈ ਜਾਂਦੇ, ਆਪਣੀ ਜਿਹੜੀ ਸਮਗਲਿੰਗ ਹੈ ਉਹ ਵੀ ਚਲਾਈ ਜਾਂਦੇ ਆ। ਇਸ ਸਥਿਤੀ ਨੂੰ ਰੋਕਣ ਲਈ ਤੁਸੀਂ ਆਪਣੇ ਵੱਲੋਂ ਕੀ ਕਰ ਰਹੇ ਹੋ? ਇਹ ਬਿਲਕੁਲ ਠੀਕ ਗੱਲ ਹੈ ਕਿ ਪਿੱਛੇ ਉਹਨਾਂ ਨੇ CM ਸਾਹਿਬ ਨੂੰ ਵੀ ਥ੍ਰੈਟ ਆਇਆ ਅੰਦਰੋਂ ਜੇਲ੍ਹ 'ਚੋਂ, ਹਾਂਜੀ, ਉਹਦੇ 'ਚ ਜਿਹੜੇ ਨੇ ਉਹ ਅਸੀਂ ਕਾਫੀ ਕੰਟਰੋਲ ਕੀਤਾ। ਹੁਣ ਤੁਸੀਂ ਵੇਖਣਾ 1.5-2 ਮਹੀਨੇ ਤੋਂ ਇਹੋ ਜਿਹੀ ਕੋਈ ਬਾਹਰ ਗੱਲ ਵੀ ਨਹੀਂ ਆ ਰਹੀ। ਇਹਦੇ ਲਈ ਵਾਕਿਆ ਬੜੇ ਸਖ਼ਤ ਜਿਹੜੇ ਨੇ ਐਕਸ਼ਨ ਲਏ ਨੇ, ਸਸਪੈਂਡ ਵੀ ਕੀਤੀ ਹੈ ਮੈਂ, ਔਰ ਮੈਂ ਹੁਣ ਇਹ ਚਾਹੁੰਦਾ ਕਿ ਸਸਪੈਂਸ਼ਨ ਦੀ ਬਜਾਏ ਅੰਡਰ Section 8 ਜਿਹੜੀ ਆ ਮੇਜਰ ਪਨਿਸ਼ਮੈਂਟ ਉਹ ਦਿੱਤੀ ਜਾਏ, ਕਿ ਕੋਈ ਸਸਪੈਂਡ ਕਰੀ ਤਾਂ ਆਫਿਸਰ ਨੂੰ ਫਿਰ ਬਹਾਲ ਹੋ ਕੇ ਆ ਜਾਂਦਾ, ਪਰ ਉਹਨਾਂ ਨੂੰ ਡਰ ਰਹੇ ਕਿ ਮੇਰੀ ਜਿਹੜੀ ਆ ਇਕਨੋਮਿਕਲੀ ਵੀ ਮੈਨੂੰ ਜਿਹੜਾ ਹੋਏਗਾ ਨੁਕਸਾਨ ਹੋਏਗਾ ਅਤੇ ਮੇਰੀ ਸਰਵਿਸ ਦੇ ਵਿੱਚ। ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਕਿ ਅੰਦਰ ਮੋਬਾਈਲ, ਵਾਕਿਆ ਬੜੀ ਸ਼ਰਮ ਵਾਲੀ ਗੱਲ ਆ ਜਿਹੜੀ ਮਾਨਕ ਸਾਹਿਬ, ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਪੰਜਾਬ ਜਿਹੜਾ ਇਹ ਹਿੰਦੁਸਤਾਨ ਦਾ ਹੈੱਡ ਆ, ਜੇ ਉੱਤੋਂ ਸਿਰ ਇੱਕ ਸਾਈਡ 'ਤੇ ਹੋ ਜੇ ਤਾਂ ਜਿਹੜੀ ਬੋਡੀ ਆ ਤੁਹਾਡੀ ਉਹ ਕੋਈ ਕੰਮ ਨਹੀਂ ਕਰ ਸਕਦੀ। ਜਿਹੜੀਆਂ ਬਾਹਰ ਦੀਆਂ ਫੋਰਸਿਸ ਨੇ ਜਿਵੇਂ ਟੈਰਰਿਜ਼ਮ ਵੇਲੇ ਉਹਨਾਂ ਪੰਜਾਬ 'ਚ ਗੜਬੜ ਕੀਤੀ, ਇਸੇ ਤਰ੍ਹਾਂ ਹੁਣ ਪੰਜਾਬ 'ਚ ਨਸ਼ਾ ਲਿਆ ਕੇ ਸੇਮ ਚੀਜ਼ ਚੱਲ ਜਿਹੜੀ ਚੱਲ ਰਹੀ ਹੈ। ਇਹ ਸਾਡੀ ਗਵਰਨਮੈਂਟ ਆਫ ਇੰਡੀਆ ਨੂੰ ਇਹ ਨੈਸ਼ਨਲ ਸਿਕਿਉਰਿਟੀ ਆ, ਨੈਸ਼ਨਲ ਥ੍ਰੈਟ ਆ ਕਿ ਪੰਜਾਬ ਕਮਜ਼ੋਰ ਹੋਵੇ। ਬਿਲਕੁਲ ਸੋਚਦੇ ਹਾਂ ਕਿ ਇਹਦੇ ਪਿੱਛੇ ਕੋਈ ਭਾਰਤ ਵਿਰੋਧੀ ਸ਼ਕਤੀਆਂ ਦੀ ਕੋਈ ਯੋਜਨਾ? ਬਿਲਕੁਲ, ਜਿਹੜੀਆਂ ਕੋਈ ਜਿਹੜੀਆਂ ਕਈ ਵਾਰ ਮੈਨੂੰ ਜੇਲ੍ਹਾਂ ਦੇ ਵਿੱਚ ਇਨਫੋਰਮੇਸ਼ਨ ਮਿਲੀ ਆ ਅਤੇ ਜਿਹੜੀਆਂ ਅੰਦਰੋਂ ਕਾਲਜ ਵੀ ਚੱਲੀਆਂ ਨੇ ਉਹ ਪਾਕਿਸਤਾਨ ਦੇ ਨਾਲ ਚੱਲੀਆਂ ਨੇ। ਇਹ ਸਭ ਤੋਂ ਵੱਡਾ ਥ੍ਰੈਟ ਹੈ ਜਿਹਦੇ ਤੋਂ ਮੈਂ ਬਹੁਤ ਵਰਿਡ ਹਾਂ ਕਿ ਇਹਨੂੰ ਇਮੀਡੀਏਟਲੀ ਇਹਨੂੰ ਮੈਂ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਔਰ ਜੇਲ੍ਹਾਂ ਦੇ ਵਿੱਚ ਸਖਤਾਈ ਵੀ ਇਸੇ ਕਰਕੇ ਕੀਤੀ ਆ। ਇਹ ਸੁਖਜਿੰਦਰ ਸਿੰਘ ਰੰਧਾਵੇ ਨੇ ਆਪਣੇ ਲਈ ਨਹੀਂ ਕੀਤੀ, ਜੇ ਉਹ ਜਿਹੜੇ ਅੰਦਰ ਬੈਠੇ ਨੇ ਮੈਂ ਉਹਨਾਂ ਦੇ ਵੀ ਫਿਊਚਰ ਦੀ ਕਰ ਰਿਹਾ ਕਿ ਉਹ ਇੱਕ ਵਾਰਾਂ ਦੇ ਅੰਦਰ ਚਲੇ ਗਏ, ਕੋਈ ਇਹੋ ਜਿਹੀ ਅੰਦਰ ਗੱਲ ਨਾ ਕਰਨ ਕਿ ਸਾਰੀ ਜ਼ਿੰਦਗੀ ਨਾਲ ਅੰਦਰ ਰਹਿ ਜਾਣ। ਠੀਕ ਹੈ, ਅਤੇ ਉਹਨਾਂ ਚੀਜ਼ਾਂ ਲਈ ਉਹਨਾਂ ਦੇ ਪਰਿਵਾਰਾਂ ਨੂੰ ਮੈਂ ਬੇਨਤੀ ਕਰਦਾ ਅਤੇ ਇਹਨਾਂ ਚੀਜ਼ਾਂ 'ਚੋਂ ਰੋਕ ਕੇ ਐਂਟੀ ਨੈਸ਼ਨਲ ਗੱਲ ਨਾ ਕਰੋ। ਹਾਂਜੀ, ਠੀਕ ਹੈ, ਕਿ ਆਪਣੇ ਆਪਣੇ ਦੇਸ਼ ਦੀ, ਆਪਣੀ ਕੌਮ ਦੀ, ਆਪਣੇ ਪੰਜਾਬ ਦੀ ਜਿਹੜੀ ਉਹਨੂੰ ਸ਼ਾਨ ਨੂੰ ਰੱਖਣ, ਨਾ ਕਿ ਬਾਹਰਲੀਆਂ ਫੋਰਸਿਸ ਦੇ ਵਿੱਚ। ਜਿਹੜੀ ਬਿਲਕੁਲ ਤੁਹਾਡੇ ਨਾਲ ਮੈਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਇਹਨਾਂ ਦੇ ਵਿੱਚ ਜਿਹੜੀਆਂ ਫੋਰਨ ਫੋਰਸਿਸ ਨੇ 100% ਮੈਂ ਕਹਾਂਗਾ ਉਹਨਾਂ ਦਾ ਹੱਥ ਆ, ਅਤੇ ਜਿਹੜਾ ਅੰਮ੍ਰਿਤਸਰ ਜੇਲ੍ਹ ਆ, ਹੋਰ ਜੇਲ੍ਹਾਂ ਨੇ, ਉਹਨਾਂ ਜਦੋਂ ਕਿਤੇ ਦੇਖੀਦਾ ਜਾਂ ਪੁਰਾਣਾ ਰਿਕਾਰਡ ਮੈਂ ਦੇਖ ਰਿਹਾ ਅਤੇ ਉਹਦੇ 'ਚੋਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਬਾਹਰਲੀਆਂ ਫੋਰਸਿਸ ਦਾ ਬਹੁਤ ਹੱਥ ਹੈ। ਜਿਹੜਾ ਗਵਰਨਮੈਂਟ ਆਫ ਇੰਡੀਆ ਸਾਨੂੰ ਸਾਰਿਆਂ ਨੂੰ ਰਲ ਕੇ ਨਸ਼ੇ ਜਿਹੜੇ ਅੰਦਰੋਂ ਜਿਹੜੀ ਗੱਲ ਚੱਲਣੀ ਉਹ ਬਹੁਤ ਵੱਡੀ ਖਤਰਨਾਕ ਗੱਲ ਹੈ। ਠੀਕ ਹੈ, ਅੰਦਰ ਉਹਨਾਂ ਲਈ ਤਾਂ ਇੱਕ ਬਣ ਗਈ ਐਲੀਬਾਈ ਬਣ ਗਈ, ਮੈਂ ਤਾਂ ਜੇ ਜੇਲ੍ਹ 'ਚ ਹਾਂ ਅਤੇ ਜੇ ਉੱਦਾਂ ਬਿਜ਼ਨਸ ਚੱਲੇ ਤਾਂ ਇਹਦੇ 'ਚ ਮੈਂ ਕਹਿੰਦਾ ਜੇਲ੍ਹ ਮਿਨਿਸਟਰ ਦੀ ਵੀ ਨਾਕਾਮੀ ਹੈ ਅਤੇ ਸੁਪਰਡੈਂਟ ਜੇਲ੍ਹ ਦੀ ਵੀ ਰਿਸਪੋਂਸੀਬਿਲਟੀ ਫਿਕਸ ਹੋਈ। ਠੀਕ ਹੈ, ਜੇਲ੍ਹਾਂ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਜਿਹੜੀ ਸਮਰੱਥਾ 'ਚ ਜਿਹੜੇ ਆ ਨਜ਼ਰਬੰਦ ਹੈਗੇ ਲੋਕ ਵੱਖ ਵੱਖ ਕੇਸਾਂ ਦੇ ਅਧੀਨ, ਅਤੇ ਇਹ ਆਮ ਕਿਹਾ ਜਾਂਦਾ ਕਿ ਜਿੰਨੀ ਕਿਸੇ ਜੇਲ੍ਹ 'ਚ ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੁੰਦੀ ਆ ਉਹ ਤੋਂ ਕਈ ਗੁਣਾ ਵੱਧ ਕੈਦੀ ਉੱਥੇ ਰੱਖਣੇ ਪੈ ਜਾਂਦੇ ਆ, ਅਤੇ ਹੋਰ ਜੇਲ੍ਹਾਂ ਦੀ ਉਸਾਰੀ ਦੀ ਤੁਸੀਂ ਲੋੜ ਮਹਿਸੂਸ ਕਰਦੇ ਆ? ਵਾਹਿਗੁਰੂ ਨਾ ਹੀ ਕਰੇ ਕਿ ਜੇਲ੍ਹਾਂ ਮੈਂ ਹੋਰ ਬਣਾਵਾਂ। ਹਾਂਜੀ, ਸਾਡੀ ਗੋਇੰਦਵਾਲ ਸਾਹਿਬ ਜਿਹੜੀ ਜੇਲ੍ਹ ਆ ਉਹ ਤਕਰੀਬਨ ਆਲਮੋਸਟ 65% ਤਿਆਰ ਹੋ ਗਈ ਆ। ਹਾਂਜੀ, ਅਤੇ ਉਹਦਾ ਕੋਈ ਜਿਹੜੇ ਉਸ ਟਾਈਮ 'ਤੇ ਪੂੜਾ ਦੇ ਨਾਲ ਸੀਗਾ ਉਹ ਸਾਨੂੰ ਪੈਸੇ ਹੁਣ ਰਿਲੀਜ਼ ਹੋ ਜਾਣੇ। ਐਕਚੁਅਲੀ ਅੰਮ੍ਰਿਤਸਰ ਜੇਲ੍ਹ 'ਚ ਇਸ ਵੇਲੇ ਸਾਡੇ ਕੋਲ 1000 ਕੈਦੀ ਵੱਧ ਬੈਠਾ, ਜਿਹੜੇ ਜ਼ਿਆਦਾ ਉਹਨਾਂ ਦੀ ਓਵਰ ਕਰੋਡਿਡ ਕਹਿ ਸਕਦੇ ਹਾਂ। ਬਠਿੰਡਾ ਜੇਲ੍ਹ 'ਚ ਮੇਰੇ ਕੋਲ ਘੱਟ ਨੇ, ਫਰੀਦਕੋਟ ਜੇਲ੍ਹ 'ਚ ਕਪੈਸਿਟੀ ਅਜੇ ਹੋਰ ਅਜੇ 500-700 ਦੀ ਹੈਗੀ ਆ, ਅਤੇ ਹੋਰ ਮੇਰੇ ਖਿਆਲ ਹੈ ਕਿ ਜਿੰਨੀ ਕੁ ਮੇਰੇ ਕੋਲ ਚਾਹੀਦੀ ਆ ਉਹ ਕਪੈਸਿਟੀ ਸਾਡੇ ਕੋਲ ਸਫੀਸ਼ੀਐਂਟ ਹੈ। 22,700 ਦੇ ਨੇੜੇ ਤੇੜੇ ਜਿਹੜੇ ਨੇ ਕੈਦੀ ਨੇ ਪੂਰੇ ਪੰਜਾਬ ਦੇ ਵਿੱਚ, ਔਰ ਨਾਲ ਦੀ ਨਾਲ ਹੀ ਮੈਂ ਹੁਣ
चीफ जस्टिस ऑफ पंजाब नूं भी मिलांगा कि कई इहो जिहे ने कि जिहड़े बिना मतलब तो डिले हो रहे आ उन्हां दे केस दे जल्दी डिसीजन करके उन्हां नूं बाहर कढ़ीए क्योंकि एक ते उन्हां भी अपने घरे जाण ते नाल ही मैं ये कर दिता कि जिहड़े जिहनूं प्री मच्योर रिलीज कहिंदे आ नक्शा जिहनूं कह दिंदे आ होम डिपार्टमेंट नूं कहा कि इन्हां दे नक्शां 'च कोई डिले ना करो क्योंकि जिन्हें जाना हुंदा उहदे लई एक एक दिन भी बहुत औखा हुंदा ते और जिस दिन आउंदे आ मैं इमीजिएटली सीएम साहब दे जांदी आ और मुख्यमंत्री साहब गवर्नर साहब दे भेज दिंदे साढ़े पांच सात दे प्रोसीजर दिन दे बाद साढ़े कोल वापस फाइलां आ रहीयां ये वाकई जिहड़ी जेलां दे विच कैपेसिटी सी जिहड़ी उह मैं काफ़ी कर ली आ इंपलाइज़ की बड़ी कमी सी उहदे चों मेरे कोल 700 शॉर्ट आ 550 असीं नवां भर्ती करके जेलां 'च भेज दिता उहदे 'च CISF आ गई होर साढ़े कोल बंदा आ गए ने हुण जिहड़ी नवीं हो रही है भर्ती ਪੰਜਾਬ ਪੁਲਿਸ ਕਰਕੇ ਉਹ ਸਾਡੇ ਜੇਲ੍ਹ ਡਿਪਾਰਟਮੈਂਟ ਨੂੰ 500 ਬੰਦਾ ਹੋਰ ਆ ਰਿਹਾ ਉਹਦੇ ਬਾਅਦ ਸਾਡੇ ਕੋਲ ਜੇਲ੍ਹ ਦੇ ਜਿਹੜੇ ਮੁਲਾਜ਼ਮ ਨੇ ਜਿਹੜੇ ਕਹਿੰਦੇ ਸੁਰੱਖਿਆ ਘੱਟ ਆ ਉਹ ਵੀ ਸਾਡੀ ਪੂਰੀ ਹੋ ਜਾਵੇ ਤੁਸੀਂ ਇਸ ਗੱਲ 'ਤੇ ਬੜਾ ਜ਼ੋਰ ਦਿੰਦੇ ਹਾਂ ਪਹਿਲਾਂ ਵੀ ਰਸਮੀ ਗੱਲਬਾਤ ਕਰਦੇ ਹਾਂ ਤੁਸੀਂ ਦੱਸਿਆ ਸੀ ਕਿ ਤੁਸੀਂ ਚਾਹੁੰਦੇ ਹਾਂ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜੇ ਲੋਕ ਸਜ਼ਾਵਾਂ ਭੁਗਤ ਰਹੇ ਆ ਉਹ ਉੱਥੋਂ ਚੰਗੇ ਨਾਗਰਿਕ ਬਣ ਕੇ ਨਿਕਲਣ ਇਸ ਸੰਬੰਧ 'ਚ ਜੇਲ੍ਹਾਂ ਦੇ ਵਿੱਚ ਤੁਸੀਂ ਕਿਹੋ ਜਿਹੇ ਪ੍ਰੋਗਰਾਮ ਜਿਹੜੇ ਆ ਲਾਗੂ ਕਰਨਾ ਚਾਹੁੰਦੇ ਹਾਂ ਜਾਂ ਕਿਹੋ ਜਿਹਾ ਪ੍ਰੋਗਰਾਮ ਤੁਸੀਂ ਚਲਾਉਣਾ ਚਾਹੁੰਦੇ ਹਾਂ ਪਹਿਲੀ ਗੱਲ ਤਾਂ ਜੀ ਕਿ ਜਿੰਨੀਆਂ ਜੇਲ੍ਹਾਂ ਨੇ ਮੈਂ ਉੱਥੇ ਚਾਹ ਰਿਹਾ ਕਿ ਮਿਲਕ ਫੈਡ ਦਾ ਜਿਹੜਾ ਸਾਡੇ ਮੇਰੇ ਕੋਲ ਡਿਪਾਰਟਮੈਂਟ ਆ ਉੱਥੇ ਇਹਨਾਂ ਦੇ ਬੂਥ ਖੁੱਲ੍ਹੇ ਜਾਣ ਮੈਂ ਪਟਿਆਲਾ ਜੇਲ੍ਹ ਦੇ ਵਿੱਚ ਸਟਾਰਟ ਕੀਤਾ ਸੀ ਜਿਹੜਾ ਬੜਾ ਸਕਸੈਸਫੁੱਲ ਹੋਇਆ ਕਿ ਹੋਰ ਚੀਜ਼ਾਂ ਜਾਣ ਦੀ ਬਜਾਏ ਅੰਦਰ ਦੁੱਧ ਲੱਸੀ ਘਿਓ ਇਹ ਚੀਜ਼ਾਂ ਜਾਣ 'ਤੇ ਜਿਹੜੇ ਉਹਨਾਂ ਦਾ ਧਿਆਨ ਇਸ ਪਾਸੇ ਜਾਏ ਉਹ ਮੇਰਾ ਸਕਸੈਸਫੁੱਲ ਹੋਇਆ ਨਾਲ ਹੀ ਹੁਣ ਮੈਂ ਰਿਲੀਜੀਅਸ ਜਿਹੜੀਆਂ ਧਾਰਮਿਕ ਕਿਤਾਬਾਂ ਨੇ ਇਹ ਮੈਂ ਤਕਰੀਬਨ ਸਾਰੀਆਂ ਜੇਲ੍ਹਾਂ 'ਚ ਮੈਕਸੀਮਮ ਭੇਜਣ ਲੱਗਾ ਕਿ ਜਿਹੜੇ ਅੰਦਰ ਬੈਠੇ ਨੇ ਉਹਨਾਂ ਨੂੰ ਉਹ ਪੜ੍ਹਨ ਆਪਣੇ ਗੁਰੂਆਂ ਬਾਰੇ ਆਪਣੇ ਧਰਮ ਬਾਰੇ ਉਹ ਸੋਚਣ ਕਿ ਸਾਡਾ ਧਰਮ ਬੜਾ ਵਧੀਆ ਔਰ ਇਹ ਕ੍ਰਾਈਮ ਕਰਨ ਵਾਲਾ ਨਹੀਂ ਇਹ ਲੋਕਾਂ ਦੀ ਸੇਵਾ ਕਰ ਲਈ ਆ ਇਹ ਜਿਹੜੀ ਸਾਨੂੰ ਜ਼ਿੰਦਗੀ ਮਿਲੀ ਆ ਇਹ ਸਾਨੂੰ ਲੋਕਾਂ ਨੂੰ ਮਾਰਨ ਦੀ ਜਾਂ ਲੋਕਾਂ ਨਾਲ ਧੋਖਾ ਕਰਨ ਦੀ ਜਾਂ ਕਿਸੇ ਨੂੰ ਕਤਲ ਕਰਨ ਲਈ ਨਹੀਂ ਇਹ ਲੋਕਾਂ ਦੀ ਭਲਾਈ ਲਈ ਇਹ ਗੁਰੂ ਨਾਨਕ ਦੇਵ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਗੁਰੂ ਤੇਗ ਬਹਾਦਰ ਨੇ ਸਾਨੂੰ ਇਹ ਸਿੱਖਿਆ ਦਿੱਤੀ ਆ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਬਣੇ ਨੇ ਕਿ ਲੋਕਾਂ ਦੀ ਰੱਖਿਆ ਕੀਤੀ ਹੈ ਅਤੇ ਆਪਾਂ ਲੋਕਾਂ ਦੀ ਰੱਖਿਆ ਕਰਨ ਲਈ ਉਹ ਚੀਜ਼ 'ਤੇ ਇਹਦੇ ਨਾਲ ਹੀ ਮਾਨਕ ਸਾਹਿਬ ਮੇਰੇ ਮਾਇੰਡ 'ਚ ਇਹ ਹੈ ਕਿ ਮੈਂ 15 ਅਗਸਤ ਤੋਂ ਜਿਸ ਵੀ ਡਿਸਟ੍ਰਿਕਟ 'ਚ ਮੇਰੀ ਡਿਊਟੀ ਲੱਗੀ ਉਸ ਜੇਲ੍ਹ 'ਚ ਮੈਂ 2.5-3 ਘੰਟੇ ਉਹਨਾਂ ਕੈਦੀਆਂ ਨਾਲ 15 ਅਗਸਤ ਦਾ ਜਿਹੜਾ ਹੈਗਾ ਸੁਤੰਤਰਤਾ ਦਿਵਸ ਉਹ ਮਨਾਊਂਗਾ ਉੱਥੇ ਕਲਚਰਲ ਪ੍ਰੋਗਰਾਮ ਕੀਤਾ ਜਾਊ ਉੱਥੇ ਕੈਦੀਆਂ ਦਾ ਵੀ ਪ੍ਰੋਗਰਾਮ ਜਿਹੜੇ ਉਹ ਪਾਰਟੀਸਪੇਟ ਕਰਨਗੇ ਉਹਨਾਂ ਨੂੰ ਵੀ ਉੱਥੇ ਪਾਰਟੀਸਪੇਟ ਕਰਾਵਾਂਗੇ ਕਿ ਆਓ ਤੁਸੀਂ ਵੀ ਆਪਣਾ ਆਪਣਾ ਖੁੱਲ੍ਹ ਕੇ ਆਪਣੇ ਦਿਲ ਦੀ ਗੱਲ ਕਰੋ ਤੁਸੀਂ ਵਸੋ ਖੇਡੋ ਅਤੇ ਉਹ ਮੇਰੇ ਹੈਗੇ ਔਰ ਉਹਦੇ ਬਾਰੇ ਕੰਟੀਨਿਊ ਜਿਹੜਾ ਮੈਂ ਕਰੂੰਗਾ ਨਾਲ ਦੀ ਨਾਲ ਹੀ ਮੈਂ ਯੋਗਾ ਕਲਾਸਿਸ ਉੱਥੇ ਮੈਂ ਸਟਾਰਟ ਕਰਨ ਲੱਗਾ ਮੇਰੇ ਕੋਲ ਮਾਰਕ ਫੈਡ ਮਿਲਕ ਫੈਡ ਸ਼ੂਗਰ ਫੈਡ ਕੋਆਪਰੇਟਿਵ ਬੈਂਕ ਔਰ ਐਗਰੀਕਲਚਰ ਲੈਂਡ ਡਿਵੈਲਪਮੈਂਟ ਬੈਂਕ ਇਹ ਪੰਜਾਂ ਨੂੰ ਮੈਂ ਕਿਹਾ ਕਿ ਤੁਸੀਂ ਦੋ ਜੇਲ੍ਹਾਂ ਜਿਹੜੀਆਂ ਨੇ ਸਪੋਂਸਰ ਕਰੋ ਤਾਂ ਕਿ ਉੱਥੇ ਕਾਉਂਸਲਿੰਗ ਕਰੀਏ ਉਹਨਾਂ ਕੋਲ ਕਾਉਂਸਲਰ ਭੇਜੀਏ ਜਿਹੜੇ ਜਾ ਕੇ ਉਹਨਾਂ ਨੂੰ ਉਹਨਾਂ ਦੀ ਕਾਉਂਸਲਿੰਗ ਕਰਨ ਉਹਨਾਂ ਕੋਲ ਪੁੱਛਣ ਕਿ ਤੁਸੀਂ ਕਿਉਂ ਕ੍ਰਾਈਮ 'ਚ ਆਇਓ ਉਹਨਾਂ ਦਾ ਸੁਧਾਰ ਕਰੀਏ ਉਹਨਾਂ ਨੂੰ ਚੰਗੇ ਨਾਗਰਿਕ ਬਣਾ ਕੇ ਕਰੀਏ ਬਹੁਤ ਅੱਛੀ ਗੱਲ ਦੂਸਰੀ ਜਿਹੜੀ ਚੀਜ਼ ਹੈ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਵਰਕ ਕਲਚਰ ਖਤਮ ਹੋ ਗਿਆ ਜਿਹੜਾ ਪੁਰਾਣਾ ਕਹਿੰਦੇ ਨੇ ਕਿ ਅੰਦਰ ਦੀ ਜੇਲ੍ਹਾਂ 'ਚ ਹੋ ਗਏ ਉਹਨਾਂ ਕੋਈ ਕੰਮ ਧੰਦਾ ਸਿੱਖ ਕੇ ਬਾਹਰ ਨਿਕਲ ਉਹ ਕੰਮ ਧੰਦਾ ਉਹਦੇ 'ਚ ਮੈਂ ਇੱਥੇ ਤੁਹਾਡੇ ਜਲੰਧਰ ਹੁਣ ਜਦੋਂ ਦੁਬਾਰਾ ਆਇਆ ਮੈਂ ਮੀਟਿੰਗ ਕਰਨੀ ਆ ਫੁੱਟਬਾਲ ਜਿਹੜੇ ਨੇ ਉਹ ਉਹਨਾਂ ਗੱਲ ਕਰਨੀ ਆ ਤੁਹਾਡੇ ਹੋਰ ਜਿਹੜੀਆਂ ਇੰਡਸਟਰੀ ਆ ਇਸੇ ਤਰ੍ਹਾਂ ਹੀ ਸੰਗਰੂਰ ਆ ਟ੍ਰਾਈਡੈਂਟ ਵਾਲੇ ਅੰਮ੍ਰਿਤਸਰ ਵਾਲੇ ਨੇ ਇਹਨਾਂ ਨਾਲ ਗੱਲ ਕਰਨੀ ਕਿ ਸਾਨੂੰ ਤੁਸੀਂ ਆਪਣੇ ਇਕੁਪਮੈਂਟ ਅੰਦਰ ਲਾਓ ਮਸ਼ੀਨਰੀ ਅੰਦਰ ਦਿਓ ਮਟੀਰੀਅਲ ਦਿਓ ਅਤੇ ਅਸੀਂ ਤੁਹਾਡਾ ਲੇਬਰ ਕੰਟਰੈਕਟ ਦੇ ਉਹਦੇ 'ਤੇ ਤੁਹਾਨੂੰ ਕੰਮ ਕਰਾਂਗੇ ਮੇਰੇ ਜਿਹੜੇ ਕੈਦੀ ਨੇ ਉਹਨਾਂ ਨੂੰ ਤੁਸੀਂ ਦਿਹਾੜੀ ਦਿਓ ਜਿੰਨੇ ਘੰਟੇ ਕੰਮ ਲਓਗੇ ਇਹ DC ਰੇਟ 'ਤੇ ਸਾਨੂੰ ਉਹ ਦਿਹਾੜੀ ਦਿੱਤੀ ਜਾਵੇ ਤਾਂ ਕਿ ਜਿਹੜਾ ਅੰਦਰ ਜੇਲ੍ਹ 'ਚ ਬੈਠਾ ਉਹ ਕੰਮ ਕਰੇ ਔਰ ਉਹਦਾ ਗਲਤ ਪਾਸੇ ਧਿਆਨ ਨਾ ਰਹੇ ਜਦੋਂ 8 ਘੰਟੇ ਕੰਮ ਕਰੇਗਾ ਤੇ ਉਹ ਸ਼ਾਮ ਨੂੰ ਆਰਾਮ ਨਾਲ ਆਪਣੇ ਕਮਰੇ 'ਚ ਜਾ ਕੇ ਸੌਂ ਸਕਦਾ ਦੂਸਰੀ ਚੀਜ਼ ਜਿਹੜੀ ਤੁਸੀਂ ਤੁਹਾਡੇ ਅੱਗੇ ਆਪਾਂ ਪਹਿਲਾਂ ਜਿਹੜੀ ਗੱਲ ਕਰ ਰਹੇ ਸੀ ਕਿ ਔਰਗੈਨਿਕ ਜਿਹੜੀ ਹੈ ਫਾਰਮਿੰਗ
ਤੁਸੀਂ ਕਿਹਾ ਕਿ ਮਾਂਦਰਾ 'ਚ 27 ਲੱਖ ਏਕੜ ਜਿਹੜੀ ਲੈਂਦੀ ਆ, ਮੇਰੀਆਂ ਜੇਲ੍ਹਾਂ 'ਚ ਤੁਹਾਡੇ ਬੈਠੇ ਮੈਨੂੰ ਹੁਣ ਮੇਰੇ ਮਾਇੰਡ 'ਚ ਆਈ ਆ ਕਿ ਮੇਰੇ ਕੋਲ ਜਿਵੇਂ ਨਾਭਾ ਓਪਨ ਜੇਲ੍ਹ ਆ ਜਾਂ ਬਾਕੀ ਜੇਲ੍ਹਾਂ ਵਿੱਚ ਜਿਹੜੀ ਸਾਡੀ ਐਗਰੀਕਲਚਰ ਲੈਂਡ ਆ, ਉਹਨਾਂ ਨੂੰ ਵੀ ਮੈਂ ਇਸੇ ਪੈਟਰਨ 'ਤੇ ਹੁਣ ਔਰਗੈਨਿਕ ਫਾਰਮਿੰਗ ਵਾਲੇ ਪਾਸੇ ਤਿਆਰ ਕਰਕੇ ਉੱਥੋਂ ਦੀ ਜਿਹੜੀ ਇਨਕਮ ਹੋਵੇ ਉਹ ਉਸੇ ਜੇਲ੍ਹ ਦੀ ਵੈਲਫੇਅਰ 'ਤੇ ਲੱਗੇ। ਇਹ ਮੇਰਾ ਤੁਸੀਂ ਜਿਹੜਾ ਬੜਾ ਵਧੀਆ ਤੁਹਾਡਾ ਸੁਜੈਸ਼ਨ ਹੈ, ਖਾਣ ਨੂੰ ਉਹਨਾਂ ਨੂੰ ਅੱਛਾ ਮਿਲ, ਉਹਨਾਂ ਨੂੰ ਵੀ ਚੰਗੀਆਂ ਮਿਲਣ, ਅਤੇ ਜੇ ਅਸੀਂ ਉਹ ਸੇਲ ਕਰਾਂਗੇ ਅਤੇ ਮੇਰੇ ਖਿਆਲ ਹੈ ਕਿ ਡਬਲ ਤੋਂ ਵੀ ਟ੍ਰਿਪਲ ਜਿਹੜਾ ਰੇਟ ਹੈ ਸਾਨੂੰ ਮਿਲੇਗਾ। ਇੱਕ ਤਾਂ ਲੋਕਾਂ ਨੂੰ ਇਹ ਹੋਣਾ ਕਿ ਜੇਲ੍ਹ ਡਿਪਾਰਟਮੈਂਟ 'ਚੋਂ ਆਈ ਆ ਕਿ ਜੇਲ੍ਹ ਦੇ ਵਿੱਚ ਮਿਹਨਤ ਕੀਤੀ ਆ, ਉੱਥੇ ਬਿਲਕੁਲ ਹੋਰ ਨਹੀਂ ਚੀਜ਼ ਜਾ ਸਕਦੇ, ਬਾਹਰ ਬਾਰੇ ਜਿਹਦੇ ਲੋਕ ਸੋਚ ਸਕਦੇ ਨੇ, ਅਤੇ ਜੇਲ੍ਹ ਬਾਰੇ ਜਿਹੜੀ ਔਰਗੈਨਿਕ ਹੈ ਇਹ ਜ਼ਿਆਦਾ ਸਾਡਾ ਬਹੁਤ ਕੰਸੈਪਟ ਜਿਹੜਾ ਪਾਪੂਲਰ ਹੋਏਗਾ। ਵਾਕਿਆ ਤੁਸੀਂ ਬੜੀ ਵਧੀਆ ਮੈਨੂੰ ਜਿਹੜੀ ਗੱਲ ਦੱਸੀ। ਠੀਕ ਹੈ ਜੀ, ਦੂਜਾ ਤੁਹਾਡਾ ਮਹੱਤਵਪੂਰਨ ਵਿਭਾਗ ਹੈ ਸਹਿਕਾਰਤਾ ਵਿਭਾਗ, ਇਸ ਨੇ ਪੰਜਾਬ ਦੀ ਖੇਤੀ ਨੂੰ ਅੱਗੇ ਲੈ ਕੇ ਜਾਣ 'ਚ ਬਹੁਤ ਵੱਡਾ ਰੋਲ ਅਦਾ ਕੀਤਾ, ਸਾਡੀਆਂ ਖਾਸ ਕਰਕੇ ਪਿੰਡਾਂ ਦੀਆਂ ਜਿਹੜੀਆਂ ਸਹਿਕਾਰੀ ਸੁਸਾਇਟੀਆਂ ਹੈਗੀਆਂ। ਅਤੇ ਇਸ ਵੇਲੇ ਜਦੋਂ ਪੰਜਾਬ ਦੇ ਬਹੁਤੇ ਕਿਸਾਨ ਕਰਜ਼ੇ 'ਚ ਫਸ ਗਏ ਆ ਅਤੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ, ਤੁਸੀਂ ਕੀ ਸੋਚਦੇ ਆ ਜਿਹੜੀਆਂ ਪਿੰਡਾਂ ਦੀਆਂ ਸਹਿਕਾਰੀ ਸੁਸਾਇਟੀਆਂ ਇਹ ਖੇਤੀ ਨੂੰ ਨਵੀਂ ਦਿਸ਼ਾ ਦੇਣ 'ਚ, ਪੰਜਾਬ ਦੇ ਕਿਸਾਨਾਂ ਦੀ ਜਿਹੜੀ ਆਰਥਿਕਤਾ ਉਹਨੂੰ ਮੁੜ ਕੇ ਮਜ਼ਬੂਤ ਬਣਾਉਣ 'ਚ ਕੀ ਰੋਲ ਅਦਾ ਕਰ ਸਕਦੀਆਂ? ਇਹ ਮਾਨਕ ਸਾਹਿਬ, ਮੈਂ ਹੁਣੇ 4 ਦਿਨ ਗੁਜਰਾਤ ਅਤੇ ਮਹਾਰਾਸ਼ਟਰਾ 'ਚ ਸੁਸਾਇਟੀਜ਼ 'ਤੇ ਲਾ ਕੇ ਆਇਆ, ਕੋਆਪਰੇਟਿਵ ਡਿਪਾਰਟਮੈਂਟ ਦਾ ਕਰਕੇ ਆਇਆ। ਪੰਜਾਬ ਅੱਜ ਵੀ ਬਾਕੀਆਂ ਸਟੇਟਾਂ 'ਚੋਂ ਕੋਆਪਰੇਟਿਵ 'ਚ ਅੱਗੇ ਆ। ਸਾਡੀਆਂ 3570 ਸੁਸਾਇਟੀ ਨੇ, ਆਲਮੋਸਟ 13,000 ਪਿੰਡ ਆ ਸਾਡਾ, ਅਤੇ ਇਹਨੂੰ ਇਹਦਾ ਮਤਲਬ 4-5 ਪਿੰਡਾਂ ਪਿੱਛੇ ਸਾਡੀ ਇੱਕ ਕੋਆਪਰੇਟਿਵ ਸੁਸਾਇਟੀ ਅਸੀਂ ਕਹਿ ਸਕਦੇ ਹਾਂ। ਉਹ ਬੜਾ ਸਾਡਾ ਮਜ਼ਬੂਤ ਸਟਰਕਚਰ ਆ। ਵੱਧ ਕਿਸਮ ਦੀ ਨਾਲ ਪਿਛਲੇ ਸਾਲਾਂ 'ਚ ਇਹਦੇ 'ਚ ਬਹੁਤ ਜ਼ਿਆਦਾ ਡਿਟੋਰੀਏਸ਼ਨ ਆਈ ਆ, ਕਰਪਸ਼ਨ ਵੱਧ ਗਈ। ਮੈਂ ਇੱਕ ਪਿੱਛੇ ਇਨਕੁਆਇਰੀ ਕਰਾਈ, ਕੁਲਾਰ ਸੁਸਾਇਟੀ ਹੈ ਜਗਰਾਓਂ ਦੇ ਕੋਲ, 7.5 ਕਰੋੜ ਦਾ ਉਹਦੇ 'ਚ ਇੰਬੈਜ਼ਲਮੈਂਟ ਨਿਕਲੀ। ਇਹ ਸਿੱਧਾ ਕਿਸਾਨ ਦਾ ਪੈਸਾ ਔਰ ਗਰੀਬ ਕਿਸਾਨ ਦਾ, ਜਿਨ੍ਹਾਂ ਦੇ ਕੋਲ ਲੋਨ ਦਿੱਤੇ ਉਹਨਾਂ ਨੂੰ ਉਹ ਕਰਕੇ। ਇਹਦੇ 'ਚ ਮੈਂ ਇਹ ਚਾਹੁੰਦਾ ਕਿ ਜਿਹੜਾ ਮਾਰਕੀਟ ਡਿਪਾਰਟਮੈਂਟ ਆ ਇਹ ਮਾਰਕੀਟਿੰਗ ਲਈ ਬਣਿਆ, ਕਿ ਜਿਹੜਾ ਰੈਡੀ ਟੂ ਈਟ ਹੈ ਉਹਦੇ 'ਚ ਸਾਡੀਆਂ ਦਾਲਾਂ ਬਣਦੀਆਂ ਨੇ, ਦਾਲ ਮੱਖਣੀ, ਕੜੀ ਪਕੌੜਾ ਔਰ ਸਾਗ, ਇਹ ਬੜੀਆਂ ਪਾਪੂਲਰ ਨੇ ਸਾਡੀਆਂ। ਮੈਂ ਇਹ ਚਾਹ ਰਿਹਾ ਕਿ ਜਿਹੜਾ ਕਿਸਾਨ ਦਾ, ਜਿਹੜਾ ਤੁਹਾਡਾ ਜਿਵੇਂ ਦੁਆਬਾ ਇੱਥੇ ਨਾਲ ਸ਼ਾਹਕੋਟ ਸਾਈਡ ਦੇ, ਜਦੋਂ ਇਲੈਕਸ਼ਨ 'ਚ ਮੈਂ ਬਹੁਤ ਜ਼ਿਆਦਾ ਸਬਜ਼ੀ ਦੀ, ਮੇਰੇ ਕੋਲ ਏਸ਼ੀਆ ਦੀ ਬਿਗੈਸਟ ਮਾਰਕੀਟ ਇੱਥੇ ਆ, ਇੱਥੇ ਮੈਂ ਹੁਣ ਵੇਖਿਆ ਕਿ ਇਹਨਾਂ ਚੀਜ਼ਾਂ ਨੂੰ ਕਰਨ ਲਈ, ਐਕਸਪਲੋਰ ਕਰਨ ਲਈ, ਕਿ ਮੈਂ ਉਹਨਾਂ ਡਿਪਾਰਟਮੈਂਟ ਨੂੰ ਆਖਿਆ ਕਿ ਅਸੀਂ ਜਿਵੇਂ ਬਟਾਲਾ, ਅਜਨਾਲਾ, ਗੁਰਦਾਸਪੁਰ ਇਸ ਏਰੀਏ 'ਚ ਬਾਸਮਤੀ ਬਹੁਤ ਹੈ, ਉੱਥੇ ਬਾਸਮਤੀ ਦਾ ਪਲਾਂਟ ਲਾਇਆ ਜਾਏ। ਤੁਹਾਡੇ ਇੱਥੇ ਕੈਨਰੀ ਬੜੀ ਸਕਸੈਸਫੁਲੀ ਚੱਲ ਰਹੀ ਹੈ, ਇਹਨੂੰ ਹੋਰ ਕਿਸਾਨਾਂ ਨੂੰ ਇਨਵੋਲਵ ਕਰਕੇ, ਕੋਆਪਰੇਟਿਵ ਨੂੰ ਇਨਵੋਲਵ ਕਰਕੇ ਅਸੀਂ ਮਾਰਕੀਟਿੰਗ ਨੂੰ ਫੋਰਨ 'ਚ ਕਰੀਏ। 12,000 ਕਰੋੜ ਦਾ, 12 ਕਰੋੜ ਦਾ ਸਾਡੇ ਕੋਲ ਅਜੇ ਬਾਹਰ ਸਾਡੀ ਐਕਸਪੋਰਟ ਹੈ ਮਾਰਕੀਟ ਦੀ, ਉਹਨਾਂ 'ਚ ਮੈਂ ਹੋਰ ਕਰਕੇ। ਅਤੇ ਵਾਕਿਆ ਜਿਹੜਾ ਮੈਂ ਉੱਥੇ ਜਾ ਕੇ ਆਇਆ ਮਹਾਰਾਸ਼ਟਰਾ 'ਚ, ਉੱਥੇ 200 ਕੋਆਪਰੇਟਿਵ ਹਾਊਸਿੰਗ ਕੋਆਪਰੇਟਿਵ ਸੁਸਾਇਟੀਜ਼ ਨੇ ਜਿਨ੍ਹਾਂ ਨੇ ਫਲੈਟਸ ਬਣਾ ਕੇ ਦਿੱਤੇ ਨੇ, ਉਹਨਾਂ 'ਚ ਮੈਂ ਕਿਹਾ ਕਿ ਉੱਥੇ ਜਾ ਕੇ ਇਹ ਜਿਹੜੇ ਆਪਣੇ ਸਾਡਾ ਜਿਹੜਾ ਮਾਰਕੀਟ ਦਾ ਸਮਾਨ ਹੈ ਉਹਨੂੰ ਰੱਖ ਕੇ ਉੱਥੇ ਵੇਚੋ, ਵੇਖੋ ਹੁਣ ਜਿਹੜਾ ਕੋਈ ਇੰਪਲਾਈ, ਜਿਹੜਾ ਦੋਨੇ ਮੀਆਂ ਬੀਵੀ ਨੌਕਰੀ ਕਰਦੇ ਨੇ, ਉਹਨਾਂ ਕੋਲ ਟਾਈਮ ਹੈ ਨਹੀਂ ਸਬਜ਼ੀ ਬਣਾਉਣ ਲਈ, ਔਰ ਸਾਗ ਬਣਾਉਣ ਦਾ ਪ੍ਰੋਸੈਸ ਇੱਦਾਂ ਲੰਬਾ, ਤੁਹਾਨੂੰ ਪਤਾ, ਅਤੇ ਮਾਵਾਂ ਦੀ ਦਾਲ ਬਣਾਉਣ ਦਾ ਬਹੁਤ, ਉਹ ਆਉਣ ਸਾਡਾ ਪ੍ਰੋਡਕਟ ਲੈਣ, ਔਰ ਬੜਾ ਨੋਮੀਨਲ ਜੇ ਰੇਟ ਦਾ, 70 ਰੁਪਏ ਦਾ ਇੱਕ ਪੈਕਟ ਆ ਸਾਡਾ ਦਾਲ ਦਾ, ਉਹਨਾਂ 3 ਜਿਹੜੇ ਪਰਿਵਾਰ ਦੇ ਮੈਂਬਰ ਉਹ ਰੋਟੀ ਖਾ ਸਕਦੇ। ਉਹ ਚੀਜ਼ਾਂ ਕਰਕੇ ਮੈਂ ਇਹਨਾਂ ਚੀਜ਼ਾਂ ਲਿਆ ਕੇ ਦੁਬਾਰਾ ਮਾਰਕੀਟ ਨੂੰ ਖੜਾ ਕਰਾਂਗੇ। ਸਭ ਤੋਂ ਵੱਡੀ ਜਿਹੜੀ ਚੀਜ਼ ਆ ਉਹ ਆ ਮਿਲਕ ਫੈਟ, ਜਿੱਥੇ ਅਸੀਂ ਹਿੰਦੁਸਤਾਨ 'ਚ ਪੰਜਾਬ ਦੇ ਵਿੱਚ ਗ੍ਰੀਨ ਰੈਵੋਲਿਊਸ਼ਨ ਆਇਆ ਅਤੇ ਉਹਦੇ ਨਾਲ ਵਾਈਟ ਰੈਵੋਲਿਊਸ਼ਨ ਵੀ ਪੰਜਾਬ 'ਚ ਆਇਆ ਸੀ। ਜੇ ਸਭ ਤੋਂ ਪਹਿਲਾਂ ਸਾਡਾ ਵੇਰਕਾ ਪਲਾਂਟ ਲੱਗਾ, ਉਹਦੇ ਬਾਅਦ ਪੰਜਾਬ 'ਚ ਪਲਾਂਟ ਲੱਗੇ। ਮੇਰੇ ਫਾਦਰ ਵੀ ਡੇਅਰੀ ਡਿਵੈਲਪਮੈਂਟ ਮਿਨਿਸਟਰ ਸੀ ਉਦੋਂ ਗੁਰਦਾਸਪੁਰ, ਤੁਹਾਡੇ ਜਲੰਧਰ, ਇਹ 3-4 ਪਲਾਂਟ ਉਹਨਾਂ ਦੇ ਟਾਈਮ 'ਤੇ, ਸੰਗਰੂਰ ਦਾ ਵੀ ਲੱਗਾ ਉਸ ਟਾਈਮ 'ਤੇ ਲੱਗੇ ਨੇ। ਮੈਂ ਉਹਦੇ 'ਚ ਚਾਹ ਰਿਹਾ ਕਿ ਪੰਜਾਬ ਦੀਆਂ ਜਿਹੜੀਆਂ ਸੁਸਾਇਟੀਜ਼ ਨੇ, ਕੋਈ ਜਿਹੜੀਆਂ ਮਿਲਕ ਸੁਸਾਇਟੀ, ਉਹ ਹਰ ਪਿੰਡ 'ਚ ਮੈਂ ਮਿਲਕ ਸੁਸਾਇਟੀ ਤਿਆਰ ਕਰਦਾ, ਔਰ ਘੱਟ ਵਿਆਜ 'ਤੇ ਜਿਹੜੇ ਨੇ ਕਰਜ਼ੇ ਦਿੱਤੇ ਜਾਣ,
ਪੁਰਾਣੇ ਜ਼ਮਾਨੇ 'ਚ ਤੁਸੀਂ ਵੇਖਿਆ ਕਿ ਆਪਾਂ ਜਿਹੜੀ ਆਪਣੀ ਏਜ ਆ ਉਹਦੇ 'ਚ ਦੁੱਧ ਅਤੇ ਪੁੱਤ ਨੂੰ ਬਹੁਤ ਵੱਡੀ ਚੀਜ਼ ਸਮਝਿਆ ਜਾਂਦਾ ਸੀ। ਨਾ ਪੁੱਤ ਦੀ ਕਸਮ ਖਾਂਦੇ ਸੀ ਅਤੇ ਨਾ ਕਦੀ ਉਹਨਾਂ ਦੁੱਧ ਦੀ ਕਸਮ ਖਾਂਦੇ ਸੀ, ਕਹਿੰਦੇ ਦੁੱਧ ਪੁੱਤ ਦੀ ਨਹੀਂ ਸਹੁੰ ਖਾਣੀ, ਬਾਕੀ ਸਾਰੀਆਂ ਸਹੁੰਆਂ ਖਾਵਾਂਗੇ। ਅਤੇ ਅੱਜ ਸਾਨੂੰ, ਮੈਂ ਬੜੇ ਅਫਸੋਸ ਨਾਲ ਕਹਿੰਦਾ ਕਿ ਅੱਜ ਦੁੱਧ ਅਤੇ ਪੁੱਤ ਦੋਵੇਂ ਖਰਾਬ ਹੋ ਰਹੇ ਨੇ। ਅਤੇ ਉਹਦੇ ਲਈ ਜੇ ਪੁੱਤ ਨੂੰ ਠੀਕ ਕਰਨਾ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣਾ ਦੁੱਧ ਠੀਕ ਕਰਨਾ ਪਏਗਾ। ਠੀਕ ਹੈ ਜੀ। ਉਹਦੇ ਲਈ ਮੈਂ ਚਾਹ ਰਿਹਾ ਕਿ ਜਿਹੜਾ ਪਿੰਡ ਦੀ ਸੁਸਾਇਟੀ 'ਚ ਜਦੋਂ ਇੱਕ ਐਪ ਮੈਂ ਤਿਆਰ ਕਰ ਰਿਹਾ ਕਿ ਜਿਵੇਂ ਸਤਨਾਮ ਸਿੰਘ ਮਾਨਕ ਦਾ ਦੁੱਧ 10 ਕਿਲੋ ਆਇਆ, ਉਹਨਾਂ ਦੇ ਨਾਲ ਹੀ ਉਹਨਾਂ ਦੇ ਮੋਬਾਈਲ 'ਤੇ ਚਲਾ ਜਾਏ, ਜਿਵੇਂ ਅੱਜ ਕੱਲ੍ਹ ਬੈਂਕ ਦਾ ਆ ਜਾਂਦਾ ਕਿ ਤੇਰੇ ਇੰਨੇ ਪੈਸੇ ਨੇ, ਇੰਨਾ ਤੂੰ ਕ੍ਰੈਡਿਟ ਹੋ ਗਿਆ, ਇੰਨਾ ਡੈਬਿਟ ਹੋ ਗਿਆ। ਉਹ ਹਿਸਾਬ ਨਾਲ ਸਵੇਰੇ ਜਿਸ ਵੇਲੇ ਦੁੱਧ ਪਾਉਂਦਾ ਉਹਦੇ ਉਸ ਵੇਲੇ ਮੋਬਾਈਲ 'ਤੇ ਚਲਾ ਜਾਏ ਕਿ ਤੇਰੀ SNF ਜਿਹੜੀ ਫੈਟ ਕਹਿ ਦਿੰਦੇ ਆ ਇੰਨੇ ਪਰਸੈਂਟ ਆ, 10 ਕਿਲੋ ਤੇਰਾ ਦੁੱਧ ਆ, ਤੇਰੇ ਅਕਾਊਂਟ ਦੇ ਵਿੱਚ ਇੰਨੇ ਪੈਸੇ ਐਡ ਹੋ। ਇਹਦੇ 'ਚੋਂ ਬਿਲਕੁਲ ਜਿਹੜਾ ਸਪੂਰੀਅਸ ਮਿਲਕ ਜਿਹਨੂੰ ਸਿੰਥੈਟਿਕ ਮਿਲਕ ਕਹਿ ਦਿੰਦੇ ਉਹ ਟੋਟਲ ਰੁਕ ਜੂਗਾ, ਔਰ ਇੰਨੀ ਟਰਾਂਸਪੇਰੈਂਸੀ ਹੋਏਗੀ ਕਿ ਹਰ ਬੰਦੇ ਕੋਲ ਹੋਏਗਾ ਕਿ ਮੇਰੇ ਮੋਬਾਈਲ ਦੇ ਉੱਤੇ ਆਹ ਮੈਨੂੰ ਇਨਫੋਰਮੇਸ਼ਨ ਆ ਗਿਆ, ਉਹਦੇ ਮਨ 'ਚ ਵੀ ਹੋਏਗੀ ਕਿ ਮੈਂ ਇੰਨਾ ਦੁੱਧ ਇਮੀਡੀਏਟਲੀ ਜਦੋਂ ਜਾਏਗੀ ਇਹ ਚੀਜ਼ਾਂ ਮੈਂ ਕਰਨੀਆਂ ਚਾਹੁੰਦਾ। ਅਤੇ ਨਾਲ ਦੀ ਨਾਲ ਜਿਹੜਾ ਕੋਆਪਰੇਟਿਵ ਬੈਂਕ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੇ ਕਿਸਾਨ ਦੇ ਜਿਹੜੇ ਕਰਜ਼ਾ ਖੁਦਕੁਸ਼ੀਆਂ, ਇਹ ਬੜੀ ਵੱਡੀ ਸੋਚਣ ਵਾਲੀ ਗੱਲ ਆ। ਔਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਮਾਲਵਾ ਸਾਈਡ ਜਿਹੜੀ ਆ ਉਹ ਸਾਈਡ 'ਤੇ ਜ਼ਿਆਦਾ ਖੁਦਕੁਸ਼ੀਆਂ ਹੋ ਰਹੀਆਂ। ਤੁਹਾਡਾ ਦੁਆਬਾ ਘੱਟ ਆ, ਬਿਲਕੁਲ ਹੀ ਘੱਟ ਆ, ਮਾਝੇ 'ਚ ਵੀ ਲੋਕ ਇੰਨਾ ਉਹਨੂੰ ਨਹੀਂ ਕਰ ਰਹੇ। ਇਹਦੇ ਲਈ ਮੈਂ ਆਪ ਪਿੰਡਾਂ 'ਚ ਸੁਸਾਇਟੀਆਂ 'ਚ ਜਾ ਰਿਹਾ, ਮੈਂ ਹੁਣ ਮੇਰੇ ਬਾਅਦ ਪੰਚਾਇਤ ਇਲੈਕਸ਼ਨ ਦੇ ਬਾਅਦ ਕਿਉਂਕਿ ਸਾਰੇ ਪਿੰਡ ਉਹਦੇ 'ਚ ਬਿਜ਼ੀ ਹੋ ਜਾਣੇ ਆ, ਉਹਦੇ ਬਾਅਦ ਮੈਂ ਆਪ ਸੁਸਾਇਟੀਜ਼ ਨੂੰ ਜਾ ਕੇ ਦੇਖਣਾ ਕਿ ਕਿਉਂ ਲੋਕ ਸੁਸਾਇਟੀ ਦੇ ਵੱਲ ਅਟਰੈਕਟ ਨਹੀਂ, ਕਿਉਂ ਲੋਕ ਜਿਹੜੇ ਦੂਸਰੇ ਬੈਂਕਾਂ ਕੋਲੋਂ ਕਰਜ਼ੇ ਲਏ ਨੇ, ਕਿਉਂ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਤੋਂ ਜ਼ਿਆਦਾ ਕਿਉਂ ਕਰਜ਼ਾ ਦਿੱਤਾ ਗਿਆ, ਇਹ ਸਾਰੀਆਂ ਚੀਜ਼ਾਂ ਵੇਖਣ ਦੀ ਲੋੜ ਹੈ। ਠੀਕ ਹੈ। ਅਤੇ ਇਸੇ ਸੁਸਾਇਟੀਆਂ ਦੇ ਵਿੱਚ ਹੀ ਮੈਂ ਚਾਹ ਰਿਹਾ ਕਿ ਮੈਂ ਨਬਾਰਡ ਦੇ ਚੇਅਰਮੈਨ ਨੂੰ ਵੀ ਮਿਲ ਕੇ ਆਇਆ, ਗਵਰਨਮੈਂਟ ਆਫ ਇੰਡੀਆ 'ਚ ਮੈਂ ਮਿਨਿਸਟਰ ਸਾਹਿਬ ਨੂੰ ਰਾਧੇ ਮੋਹਨ ਸਿੰਘ ਉਹਨਾਂ ਨੂੰ ਵੀ ਮਿਲ ਕੇ ਆਇਆ ਕਿ ਜਿਹੜੀਆਂ ਸਾਡੀਆਂ ਸੁਸਾਇਟੀਜ਼ ਨੇ ਇਹਨਾਂ ਨੂੰ ਸਟਰੈਂਥਨ ਕਰੋ, ਜਿਹੜੀਆਂ ਸੁਸਾਇਟੀਆਂ ਸਾਡੀਆਂ ਫੇਲ ਹੋ ਗਈਆਂ ਉਹਨਾਂ ਨੂੰ ਪੰਜਾਬ ਗਵਰਨਮੈਂਟ ਕੋਲੋਂ ਮੈਂ ਕਰਕੇ ਉਹਨਾਂ ਨੂੰ ਵੀ ਮੈਂ ਰਿਵਾਈਵ ਕਰਨ ਲੱਗਾ ਤਾਂ ਕਿ ਇਹ ਛੋਟੇ ਲੈਵਲ 'ਤੇ ਚਲੀਆਂ ਜਾਣ। ਔਰ ਉੱਥੋਂ ਕਿਸਾਨ ਦੇ ਵਿੱਚ ਮੈਂ ਇਹ ਜਿਹੜੀਆਂ ਸੁਸਾਇਟੀਆਂ ਨੇ ਪੰਜਾਬ 'ਚ ਪਿੰਡਾਂ ਦੇ ਵਿੱਚ ਇਹਨਾਂ ਨੂੰ ਮੈਂ ਮੈਗਾ ਕੋਆਪਰੇਟਿਵ ਸੁਸਾਇਟੀਜ਼ ਬਣਾਉਣ ਲੱਗਾ, ਕਿਉਂਕਿ ਉੱਥੇ ਜੇ ਮੋਬਾਈਲ ਵੀ ਉੱਥੇ ਸੇਲ ਹੋਣਾ ਚਾਹੀਦਾ ਕਿ ਬੰਦਾ ਤੁਹਾਡੇ ਸ਼ਹਿਰ 'ਚ ਆਉਂਦਾ ਸਿਮ ਚਾਰਜ ਕਰਨਾ ਉਹ ਵੀ ਉੱਥੋਂ ਕਰਵਾਓ, ਕਿਉਂਕਿ ਮੇਰੀ ਆਪਣੀ ਸੁਸਾਇਟੀ ਨੂੰ ਇਹਦੀ ਇਨਕਮ ਆਏਗੀ। ਜਿਹੜੀ ਬਾਕੀ ਚੀਜ਼ਾਂ ਨੇ ਮੈਂ ਉੱਥੇ ਸਾਰਾ ਕੁਝ ਇਕੱਠਾ ਕਰਕੇ ਇਹ ਮੈਂ ਬੇਲਾ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ 'ਚੋਂ ਮੈਂ ਸਟਾਰਟ ਕਰਨ ਲੱਗਾ, ਕਿਉਂਕਿ ਉੱਥੇ ਮੈਂ ਜਾ ਕੇ 3-4 ਸੁਸਾਇਟੀ ਨੂੰ ਵੇਖਿਆ, ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ, ਇਹ ਸਾਰੀਆਂ ਚੀਜ਼ਾਂ ਅਸੀਂ ਕਰ ਰਹੇ। ਠੀਕ, ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ ਔਰ ਆਪਣੇ ਜਿਹੜੇ ਮੰਤਰਾਲਿਆਂ ਬਾਰੇ ਬੜੀ ਅਹਿਮ ਜਾਣਕਾਰੀ ਦਿੱਤੀ ਹੈ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਪਿਆਰੇ ਦਰਸ਼ਕੋ, ਇਹ ਸਨ ਸੁਖਜਿੰਦਰ ਸਿੰਘ ਜੀ ਰੰਧਾਵਾ, ਜਿਹੜੇ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਆਪਣੇ ਦੋਵੇਂ ਜਿਹੜੇ ਮੰਤਰਾਲੇ ਆ, ਸਹਿਕਾਰਤਾ ਮੰਤਰਾਲਾ ਵੀ ਅਤੇ ਜੇਲ੍ਹਾਂ ਬਾਰੇ ਜਿਹੜਾ ਉਹਨਾਂ ਦਾ ਮੰਤਰਾਲਾ, ਦੋਨਾਂ ਨੂੰ ਬਹੁਤ ਹੀ ਜਿਹੜਾ ਪ੍ਰਤੀਬੱਧਤਾ ਨਾਲ ਚਲਾ ਰਿਹਾ ਆ ਔਰ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਦੋਨਾਂ ਮੰਤਰਾਲਿਆਂ ਰਾਹੀਂ ਉਹਨਾਂ ਦਾ ਯਤਨ ਹੈ ਕਿ ਕਿਸਾਨਾਂ ਦਾ ਜਿਹੜਾ ਖੇਤੀ ਦਾ ਸੰਕਟ ਹੈ ਇਹਨੂੰ ਹੱਲ ਕਰਨ 'ਚ ਵੀ ਜਿਹੜੇ ਇਹ ਸਹਿਕਾਰਤਾ ਸੁਸਾਇਟੀਆਂ ਅੱਛਾ ਰੋਲ ਅਦਾ ਕਰਨ, ਅਤੇ ਇਸੇ ਤਰ੍ਹਾਂ ਜੇਲ੍ਹਾਂ ਵਿੱਚੋਂ ਜਿਹੜੇ ਬਦਕਿਸਮਤੀ ਨਾਲ ਜਿਹੜੇ ਨਾਗਰਿਕ ਉੱਥੇ ਚਲੇ ਜਾਂਦੇ ਆ ਉਹ ਵੀ ਉੱਥੋਂ ਚੰਗੇ ਨਾਗਰਿਕ ਬਣ ਕੇ ਨਿਕਲਣ। ਅਤੇ ਇਸ ਮੁਲਾਕਾਤ ਦਾ ਸਮਾਂ ਸਮਾਪਤ ਹੁੰਦਾ, ਅਗਲੀ ਵਾਰ ਕਿਸੇ ਹੋਰ ਅਹਿਮ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਾਂਗੇ। ਸ਼ੁਕਰੀਆ, ਧੰਨਵਾਦ।